अमृतसर जो शरेआम गोलियां चलाने का मामला सामने आया, दसदी कि मामला अमृतसर के पौश इलाके रणजीत एवन्यू दा जिथे तड़कसार गोली चली है। 24 साल नौजवान से अणपछात्या वालों गोलियां चलाईया गई। नौजवान इस हमले के गंभीर रूप के जख्मी हो गया, जिसनों निजी हस्पताल दाखिल करवाया गया। उत्थे पुलिस दे वल्लों सीसीटीवी फुटेज के आधार से जांच की जा रही है। दसदी कि अमृतसर के पौश इलाके का यह मामला है। रणजीत एवन्यू के तड़कसार गोली चलन का मामला सामने आया, जिस दे 24 साल नौजवान गंभीर रूप के जख्मी हो गया, जिसका कि इलाज जारी है। कोई दुश्मनी सी? पता नहीं, मेनू तो कुछ नहीं पता। मुंडे का नाम सारजी गया, एक अनमोल है सुंदर नगर। उन्होंने मारी है गोली? हाँ, यही दसिया मेरे बेटे ने। ਤੁਹਾਡੇ ਬੇਟੇ ਨੂੰ ਗੋਲੀ ਵੱਜੀ ਆ? ਉਹਦੀ ਉਮਰ ਤੇ ਪੂਰਾ ਨਾਮ ਪੁੱਛੇ ਜੀ? ਆ ਉਮਰ 3 ਸਾਲ ਹੈ। 3 ਸਾਲ ਹੋ ਗਏ ਕੰਮ ਕਰਦੇ। ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ? ਤੁਹਾਡੇ ਕੋਈ ਮੇਰੀ ਗੱਲ ਨਹੀਂ। ਤੇ ਕੀ ਮੁੰਡੇ ਠੀਕ ਠਾਕ ਆ? ਉਹਨੇ ਬੋਲਦਾ ਤਾਂ ਹੈਗਾ ਕਿ ਕਿੰਨੀਆਂ ਗੋਲੀ ਵੱਜੀਆਂ? ਕਿੰਨੀਆਂ ਗੋਲੀ ਵੱਜੀਆਂ? 4 ਲੱਗੀਆਂ ਜੀ। ਸਰ ਕੀ ਸਾਰਾ ਮਾਮਲਾ ਹੋਇਆ ਜਿਹੜਾ ਗੋਲੀਆਂ ਚੱਲੀਆਂ? ਇਹ ਮੁੰਡਾ ਨੀਰਜ ਆ, ਇੱਥੇ ਹਾਊਸਿੰਗ ਬੋਰਡ ਦਾ ਇੱਥੇ ਆਪਣਾ ਜੋਬ ਕਰਦਾ, ਇੱਥੇ ਰਣਜੀਤ ਹੈ ਵਜੋਂ। ਸਵੇਰੇ 5 ਵਜੇ ਤੋਂ ਸਟਾਰਟ ਹੁੰਦੀ ਜੋਬ, 2 ਵਜੇ ਤੱਕ। ਪ੍ਰਾਈਵੇਟ ਕੰਪਨੀ ਉਹਦੇ ਵਿੱਚ ਕਰਦਾ ਹੈ। ਅਤੇ ਬਾਹਰ ਕਿਤੇ ਵਿਆਹ ਛੱਡ ਕੇ 2-3 ਜਣੇ ਆਏ ਆ, ਉਹਨਾਂ ਨੇ ਫੈਲ ਕੀਤੀ। ਬਾਕੀ ਇਨਵੈਸਟੀਗੇਸ਼ਨ ਕਰਦੇ ਆ, ਮੌਕੇ 'ਤੇ ਆਏ ਆ। ਕੋਈ ਸੀਸੀਟੀਵੀ ਫੁਟੇਜ ਆਈ ਹੈ? ਹਾਂ, ਫੁਟੇਜ ਚੈੱਕ ਕਰ ਰਹੇ, ਲੱਗੀਆਂ ਟੀਮਾਂ ਸਾਡੀਆਂ। ਹੁਣ ਵੈਰੀਫਾਈ ਕਰਦੇ ਆ ਸਾਰਾ, ਜੋ ਵੀ ਰੰਜਿਸ਼ ਹੋਈ, ਜੋ ਵੀ ਸਟੇਟਮੈਂਟ ਕਹਾਉਣਗੇ ਜਿਨ੍ਹਾਂ ਦੇ ਬੰਦੇ ਨਾ ਬਾਈ ਨੇਮ ਉਹ ਨਾ ਰੈਸਟ ਕਰਾਂਗੇ, ਬਾਕੀ ਵੈਰੀਫਾਈ ਕਰਾਂਗੇ ਸਾਰਾ। ਕਿੰਨੀਆਂ ਗੋਲੀਆਂ ਵੱਜੀਆਂ ਤੇ ਕੀ ਹਾਲ ਆ ਤੁਹਾਡਾ? ਠੀਕ ਹੈ, ਡਾਕਟਰ ਸਾਹਿਬ ਟ੍ਰੀਟਮੈਂਟ ਕਰ ਰਹੇ। ਠੀਕ ਪੁਲਸਲੋ ਜੀ, ਬੰਦੇ ਫੜਾਂਗੇ ਸਾਰੇ, ਫੜ ਕੇ ਅੰਦਰ ਦੇਵਾਂਗੇ ਜਿਹੜੇ ਵੀ ਹੈਗੇ। अमृतसर जो शरेआम गोलियां चलाने का मामला सामने आया, दसदी कि मामला अमृतसर के पौश इलाके रणजीत एवन्यू दा जिथे तड़कसार गोली चली है। 24 साल नौजवान से अणपछात्या वालों गोलियां चलाईया गई। नौजवान इस हमले के गंभीर रूप के जख्मी हो गया, जिसनों निजी हस्पताल के दाखिल करवाया गया। उत्थे पुलिस दे वल्लों सीसीटीवी फुटेज के आधार से जांच की जा रही है। दसदी कि अमृतसर के पौश इलाके का यह मामला है। रणजीत एवन्यू के तड़कसार गोली चलन का मामला सामने आया, जिस दे 24 साल नौजवान गंभीर रूप के जख्मी हो गया, जिसका कि इलाज जारी है। ਕਿਹੜੇ ਮੁੰਡੇ ਆ ਤੁਹਾਨੂੰ ਪਤਾ? ਹਾਂਜੀ, ਮੁੰਡਾ ਜਾਣਦੇ ਆ। ਕੀ ਨਾਮ ਉਹ ਮੁੰਡੇ ਦਾ? ਤੇ ਕੋਈ ਦੁਸ਼ਮਣੀ ਸੀ? ਪਤਾ ਨਹੀਂ, ਮੈਨੂੰ ਤੇ ਕੁਛ ਨਹੀਂ ਪਤਾ ਕਿ ਬਾਹਰ ਕੀ। ਮੁੰਡੇ ਦਾ ਨਾਮ ਸਾਰਜੀ ਗਿਆ, ਇੱਕ ਅਨਮੋਲ ਹੈਗਾ ਸੁੰਦਰ ਨਗਰ। ਉਹਨਾਂ ਨੇ ਮਾਰੀ ਹੈ ਗੋਲੀ? ਹਾਂਜੀ, ਇਹੋ ਹੀ ਦੱਸਿਆ ਮੇਰੇ ਬੇਟੇ ਨੇ। ਤੁਹਾਡੇ ਬੇਟੇ ਨੂੰ ਗੋਲੀ ਵੱਜੀ ਆ? ਉਹਦੀ ਉਮਰ ਤੇ ਪੂਰਾ ਨਾਮ ਪੁੱਛੇ ਜੀ? ਆ ਉਮਰ 3 ਸਾਲ ਹੈ। 3 ਸਾਲ ਹੋ ਗਏ ਕੰਮ ਕਰਦੇ। ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ? ਤੁਹਾਡੇ ਕੋਈ ਮੇਰੀ ਗੱਲ ਨਹੀਂ। ਤੇ ਕੀ ਮੁੰਡੇ ਠੀਕ ਠਾਕ ਆ? ਉਹਨੇ ਬੋਲਦਾ ਤਾਂ ਹੈਗਾ ਕਿ ਕਿੰਨੀਆਂ ਗੋਲੀਆਂ ਵੱਜੀਆਂ? 4 ਲੱਗੀਆਂ ਜੀ। ਸਰ ਕੀ ਸਾਰਾ ਮਾਮਲਾ ਹੋਇਆ ਜਿਹੜਾ ਗੋਲੀਆਂ ਚੱਲੀਆਂ? ਇਹ ਮੁੰਡਾ ਨੀਰਜ ਆ, ਇੱਥੇ ਹਾਊਸਿੰਗ ਬੋਰਡ ਦਾ ਇੱਥੇ ਆਪਣਾ ਜੋਬ ਕਰਦਾ, ਇੱਥੇ ਰਣਜੀਤ ਹੈ ਵਜੋਂ। ਸਵੇਰੇ 5 ਵਜੇ ਤੋਂ ਸਟਾਰਟ ਹੁੰਦੀ ਜੋਬ, 2 ਵਜੇ ਤੱਕ। ਪ੍ਰਾਈਵੇਟ ਕੰਪਨੀ ਉਹਦੇ ਵਿੱਚ ਕਰਦਾ ਹੈ। ਅਤੇ ਬਾਹਰ ਕਿਤੇ ਵਿਆਹ ਛੱਡ ਕੇ 2-3 ਜਣੇ ਆਏ ਆ, ਉਹਨਾਂ ਨੇ ਫੈਲ ਕੀਤੀ। ਬਾਕੀ ਇਨਵੈਸਟੀਗੇਸ਼ਨ ਕਰਦੇ ਆ, ਮੌਕੇ 'ਤੇ ਆਏ ਆ। ਕੋਈ ਸੀਸੀਟੀਵੀ ਫੁਟੇਜ ਆਈ ਹੈ? ਹਾਂ, ਫੁਟੇਜ
चेक कर रहे लगियां टीमां साडियां हम वेरीफाई करते हैं सारा जो भी रंजिश हुई जो भी स्टेटमेंट कहे जिन्होंने बंद ना बाई नेम ना टेस्ट करा बाकी वेरीफाई करा सारा गोलियां वजिया हाल है ठीक है डॉक्टर साहब ट्रीटमेंट कर रहे ठीक है ਪੁਲਿਸ ਲੋ ਜੀ ਬੰਦੇ ਫੜਾਂਗੇ ਸਾਰੇ ਫੜ ਕੇ ਅੰਦਰ ਦਵਾਂਗੇ ਜਿਹੜੇ ਵੀ ਹੈਗੇ।